ਬਾਬਾ ਜੀ ਕੀ ਕੀ ਮਾਮਲਾ ਹੋਇਆ ਜਿਹੜਾ ਅੱਜ ਤੁਸੀਂ ਗੱਲ ਕਰ ਰਹੇ ਹੋ? ਮਾਮਲਾ ਤਾਂ ਸਰ ਪਹਿਲਾਂ ਗੈਸਟ ਆ, ਮੇਰਾ ਨਾਮ ਗਗਨ ਬਾਬਾ ਜੀ। ਮਾਮਲਾ ਇੱਦਾਂ ਸਰ, ਕੱਲ੍ਹ ਰਾਤ ਨੂੰ ਤਕਰੀਬਨ 8 ਤੋਂ 10 ਵਿਅਕਤੀ 4 ਵਹੀਕਲਾਂ 'ਤੇ ਆਏ ਸਾਡੇ ਮੁਹੱਲੇ ਦਸ਼ਮੇਸ਼ ਨਗਰ ਵੈਸ਼ਨੋ ਮੰਦਿਰ ਚੌਂਕ ਦੇ ਵਿੱਚ ਗਾਲੀ ਗਲੋਚ ਕਰਕੇ ਗਏ ਕਿ ਇਹਦਾ ਹਥਿਆਰ ਸੀ ਉਹਨਾਂ ਦੇ। ਸਾਡੀ ਗਲੀ ਦੇ ਵਿੱਚ ਵੀ ਇੱਟਾਂ ਮਾਰੀਆਂ ਗਈਆਂ। ਮੈਂ ਅਕਸਰ ਹੀ ਆਏ ਦਿਨ ਹੀ ਅਤੇ ਪੋਸਟਾਂ ਪਾਉਂਦਾ ਰਹਿੰਦਾ ਨਸ਼ੇ ਦੇ ਖਿਲਾਫ ਵੀ। ਮੈਂ ਆਇਆ ਇੱਥੇ ਪ੍ਰਸ਼ਾਸਨ ਨੂੰ ਕੰਪਲੇਂਟ ਦੇਣਾ ਉਹਨਾਂ ਅਣਪਛਾਤੇ ਵਿਅਕਤੀਆਂ ਦੀ, ਜੋ ਕਿ ਰਾਤ ਨੂੰ ਅੱਧੀ ਰਾਤ ਨੂੰ ਤੁਸੀਂ ਦੇਖ ਸਕਦੇ ਗੁੰਡਾ ਨਾਲ ਕਰ ਰਹੇ ਨੇ। ਇਹ 4 ਵਹੀਕਲਾਂ 'ਤੇ ਆਏ ਨੇ ਜੀ ਇਹਨਾਂ ਵੱਲੋਂ। ਖੁੱਲ੍ਹੀ ਗੁੰਡਾਗਰਦੀ ਦਾ ਨੰਗਾ ਨਾਸ਼ ਕੀਤਾ ਗਿਆ ਜੀ। ਵੀ ਕਿਹੜਾ ਇਲਾਕਾ, ਕਿਹੜਾ ਥਾਣਾ ਲੱਗਦਾ ਜੀ ਇਹ? ਇਲਾਕਾ ਨਿਊ ਦਸ਼ਮੇਸ਼ ਜੀ, ਥਾਣਾ ਭਾਰੋ ਕੈਂਪ ਜੀ। ਥਾਣਾ ਭਾਰਗੋ ਕੈਂਪ ਦੀ ਉਦੋਂ 'ਚ? ਹਾਂਜੀ ਹਾਂਜੀ, ਇਹ ਰਾਤ ਤਕਰੀਬਨ 12:30 ਵਜੇ ਦੀ ਗੱਲ ਹੈ ਜੀ, ਕੱਲ੍ਹ ਰਾਤ ਦੀ। ਕੀ ਉਹਨਾਂ ਨੇ ਕਿਸੇ ਨੂੰ ਕੋਈ ਟਿਪੀਕਲੀ ਕੋਈ ਕਿਸੇ ਨੂੰ ਕੋਈ ਗੱਲ ਵੀ ਕਹੀ ਉਹਨਾਂ ਨੇ? ਦੀਆਂ ਗਾਲਾਂ ਕੱਢੀਆਂ ਗਈਆਂ ਜੀ, ਉੱਚੀ ਉੱਚੀ ਗਾਲਾਂ ਕੱਢੀਆਂ ਗਈਆਂ, ਇੱਟਾਂ ਵੀ ਮਾਰੀਆਂ ਗਈਆਂ, ਜੋ ਕਿ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ। ਕੀ ਤੁਹਾਡੀ ਮੰਗ ਕੀ ਆ? ਮੇਰੀ ਮੰਗ ਪ੍ਰਸ਼ਾਸਨ ਅੱਗੇ ਆ, ਇਹਨਾਂ ਵਿਅਕਤੀਆਂ 'ਤੇ ਜਲਦ ਤੋਂ ਜਲਦ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ, ਤਾਂ ਕਿ ਕੱਲ੍ਹ ਨੂੰ ਕਿਸੇ ਦਾ ਵੀ ਨੁਕਸਾਨ ਨਾ ਕਰ ਸਕਣ, ਕਿਉਂਕਿ ਜਿੱਦਾਂ ਇਹ ਖੁੱਲ੍ਹੇ ਘੁੰਮ ਰਹੇ ਨੇ ਕਿਸੇ ਦਾ ਨੁਕਸਾਨ ਕਰ ਸਕਦੇ ਨੇ। ਸਲੀਪਰਾਂ ਦੇ ਕਾਕੇ ਤਾਂ ਹੋਣੇ ਨਹੀਂ, ਜੋ ਰਾਤ ਦੇ 12:30 ਦੇ ਹਥਿਆਰਾਂ ਨਾਲ ਲੈ ਕੇ ਘੁੰਮ ਰਹੇ ਨੇ, ਇੱਟਾਂ ਰੋਡੇ ਚਲਾ ਰਹੇ ਨੇ ਨਜਾਇਜ਼ ਹਥਿਆਰਾਂ ਦੇ ਨਾਲ, ਅਤੇ ਨੰਗਾ ਨਾਚ ਕਰ ਰਹੇ ਨੇ ਗੁੰਡਾਗਰਦੀ। ਮੇਰੀ ਪ੍ਰਸ਼ਾਸਨ ਨੇ ਇਹੀ ਮੰਗੀ, ਇਹਨਾਂ 'ਤੇ ਜਲਦ ਤੋਂ ਜਲਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ, ਜੋ ਵੀ ਅਣਪਛਾਤੇ ਵਿਅਕਤੀ ਨੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਫੇਸ ਕੀਤਾ ਜਾ ਰਿਹਾ।